स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड चंदबाजा पिंड फरीदकोट जिले का, तो यह लास्ट पिंड है। ये नाल पिंड जिहड़ा जांडाला आ जाता दसो, तो वह फिरोजपुर जिले च पैंदा। मेन रोड पर है जिहड़ा फरीदकोट तो श्री अमृतसर नूं जांदा, उस रोड के उत्ते चंदबाजा पिंड आउंदा। जिहड़े घर चों वीडियो बना रहे दसो भाई पशु पालन का काम करता, पर नाल मेन किता पशु पालन नहीं, सहायक किते दे तौर पर पशु जिहड़े उह गिनती च भावें तुसीं देखोगे इस टाइम भी थोड़े दिसणगे, पर ये वीर तोकड़ गब्बण पशु खरीद लैंदा, चंगा साफ सुथरा पशु वे कीमत चंगी दे विच, ते अगे उहनू जदों तैयार हो जांदा वह पशु मुड़ के वह अगे जिहड़ा सेल हो जांदा। अज की वीडियो एक मझ थोनू दिखाउणी है, फुल है भी चंगे कद काठ दी है, सोहना पिठपुड़ा है। बाकी होर गुण जिहड़े हैगे है वह थोनू वीडियो वैसे भी दिसदे होणगे, नज़र भी आउणगे भी ये मझ ठंडी सील बाई बहुत दसदा। दुधों वीर कहिंदा भी 2 महीने पहला जदों इहदे थल्ले गलास गलास दुध रह गया सी तां उदों आप छड्डी है, मतलब इहने पैर नहीं चक्या, ये मिलती रही है। आओ आपां डिटेल पुछ के फिर थोनू तोर के दिखावांगे। पसंद जिहनू आजूगी तसली करना थोड़ा हक है, वह तुसीं आके देखना, आपदी तसली ना खरीदो, क्योंकि अजकल पशुआं दी कीमत सारे ही जानदे हो काफ़ी है, तो जो जंगी कीमत दे विच पशु खरीदना तो हक यह हुंदा भी भावें 500-400 का तेल मच जाए, सामने खड़ के जरूर देखा जाए। आओ भाई ने गलबात करते हैं। सत श्री अकाल भाई, नाम अपना दस भाई। गुरबाज सिंह। गुरबाज भाई, मेरे ख्याल पशु पालन का काम तो यह भी बस शौक ही है ना, ठीक है। अच्छा अज एक मझ आप विकाऊ की भी है, ਇਹ ਕਿੰਨਵਾਂ ਸੂਆ ਸੁਣਾ ਨੇ? ਇਹਨੇ ਤੀਜਾ ਸੂਆ ਸੁਣਾ ਜੀ। ਕਰਦੀ ਹੈ ਜਾਂ ਖਰੀਦੀ? ਨਹੀਂ ਜੀ, ਖਰੀਦੀ ਸੀ, ਤੋਕੜ ਗੱਭਣ ਲਈ ਸੀ। ਤੋਕੜ ਗੱਭਣ ਲਈ ਸੀ, ਕਿੱਥੋਂ ਖਰੀਦੀ ਸੀ ਇਹ ਤੋਕੜ ਗੱਭਣ? ਇਹ ਕੋਟਕਪੂਰੇ ਕਾਲੇ ਦੇ, ਕੋਟਕਪੂਰੇ ਤੋਂ ਕਾਲੇ ਬਾਈ ਕੋਲ, ਠੀਕ ਹੈ। ਅੱਛਾ ਬਾਈ, ਜਦੋਂ ਖਰੀਦੀ ਉਦੋਂ ਕਿੰਨੇ ਚਿਰ ਦੀ ਗੱਭਣ ਸੀ ਤੇ ਦੁੱਧ ਕਿੰਨਾ ਸੀ? ਉਦੋਂ 2.5 ਮਹੀਨੇ ਦੀ ਗੱਭਣ ਸੀ, ਠੀਕ ਹੈ। 10-11 ਕਿਲੋ ਦੁੱਧ ਸੀ, 10-11 ਕਿਲੋ ਦੁੱਧ ਸੀ। ਤੁਹਾਡੇ ਕੋਲ ਆ ਕੇ ਫਿਰ ਉਹਨਾਂ ਦਿੰਦੀ ਰਹੀ? ਉਹਨਾਂ ਹੀ ਦਿੰਦੀ ਰਹੀ, ਠੀਕ ਹੈ। ਉਹਨਾਂ ਹੀ ਵੱਧ ਵੀ ਗਈ ਹੈ ਜੀ ਫਿਰ। ਅੱਛਾ, ਹਾਂਜੀ, ਮਤਲਬ 10-11 ਕਿਲੋ ਬਣ ਕੇ ਚੱਲ ਗਏ, 2.5 ਮਹੀਨੇ ਦੀ ਗੱਭਣ ਥੱਲੇ ਸੀਗਾ। ਹਾਂਜੀ, ਛੱਡੀ ਨੂੰ ਇਹਨੂੰ ਕਿੰਨਾ ਟਾਈਮ ਹੋ ਗਿਆ? ਛੱਡੀ ਬਾਈ ਗਲਾਸ ਗਲਾਸ ਦੁੱਧ ਛੱਡਿਆ ਜਮਾਂ 8 ਮਹੀਨੇ ਤੱਕ। ਅੱਛਾ, ਆ ਵੀ ਅਸੀਂ ਛੱਡਤੀ ਆ, ਇਹ ਨਹੀਂ ਹਟੀ, ਠੀਕ ਹੈ। ਮਤਲਬ ਠੰਡੀ ਸੀਲ ਫੁੱਲ ਹੈ ਨਾ। ਅੱਛਾ, ਇਹਦਾ ਰੇਟ ਕੀ ਰੱਖਦੇ ਹੋ ਬਈ? 1,45,000 ਜੀ। 1,45,000 ਸੂਆ ਤੀਜਾ ਸੁਣਦੀ, ਸੂਆ ਤੀਜਾ, ਠੀਕ ਹੈ। ਸੋ ਦੋਸਤੋ, ਕਾਲੇ ਬਾਈ ਬਾਰੇ ਜ਼ਰੂਰ ਦੱਸ ਦੇਣਾ। ਕੁਝ ਦਿਨ ਪਹਿਲਾਂ 3 ਮੱਝਾਂ ਤੋਕੜ ਗੱਭਣ ਵੀਡੀਓ ਪਾਈ ਸੀਗੀ ਫਰੀ ਕੋਟਕਪੂਰਾ ਸ਼ਹਿਰ ਦੇ ਵਿੱਚੋਂ, ਰਿਸ਼ੀ ਪਬਲਿਕ ਸਕੂਲ ਦੇ ਕੋਲ ਬਾਈ ਦਾ ਹੱਥ ਹੈ, ਡੇਅਰੀ ਫਾਰਮ ਹੈ। ਚੰਗੀਆਂ ਮੱਝਾਂ ਵੀਰ ਘਰੇ ਰੋਕਦਾ ਅਤੇ ਤੋਕੜ ਗੱਭਣ ਅੱਗੇ ਸੇਲ ਕਰ ਦਿੰਦਾ, ਹਾਲਾਂਕਿ ਵਪਾਰ ਦਾ ਕੰਮ ਆ, ਪਹਿਲੇ ਦੂਜੇ ਸੂਏ ਦੀ ਮੱਝ ਉਹਦੇ ਕੋਲੋਂ ਆਮ ਮਿਲਦੀ ਹੈ। ਅੱਜ ਦਾ ਰੇਟ 1,45,000 ਹੈ, ਪਰ ਉਹ ਤੁਸੀਂ ਪੁਰਾਣੀ ਵੀਡੀਓ ਜਿਹੜੀ 2 ਦਿਨ ਪਹਿਲਾਂ ਵੀਰ ਕੋਲੋਂ ਪਾਈ ਸੀਗੀ ਅਤੇ ਉਹ ਵੀਡੀਓ ਦੇਖੋ, ਉੱਤੇ ਮੱਝਾਂ ਦੇਖੋ ਅਤੇ ਉਹਨਾਂ ਦੇ ਰੇਟ ਦੇਖੋ, ਤੁਹਾਨੂੰ ਅੰਦਾਜ਼ਾ ਹੋਜੂਗਾ ਵੀ ਇਹ ਬਾਈ ਨੇ ਕਿਸ ਰੇਟ 'ਚ ਇਹ ਮੱਝ ਖਰੀਦੀ ਹੋਊਗੀ। ਉਦੋਂ 8 ਮਹੀਨਿਆਂ ਤੱਕ ਮਿਲੀ ਹੈ ਬਾਈ, ਕਹਿੰਦਾ ਵੀ ਗਲਾਸ ਗਲਾਸ ਦੁੱਧ ਰਹਿ ਗਿਆ ਸੀਗਾ ਜਦੋਂ ਆਪ ਛੱਡਤੀ, ਵੀ ਹੁਣ ਥਣ ਕਿਉਂ ਖਿੱਚਣੇ ਹੈ, ਪਰ ਮੱਝ ਨੇ ਪੈਰ ਨਹੀਂ ਚੱਕਿਆ। ਇੱਕ ਵਾਰ ਤੁਸੀਂ ਇਹਦਾ ਥਣ 'ਤੇ ਹਵਾਨਾ ਦੇਖੋ ਦੋਸਤੋ, 10 ਦਿਨ ਹਜੇ ਲੈਂਦੀ ਹੈ, ਬਹੁਤ ਸੋਹਣਾ ਥਣ ਦਾ ਸਾਈਜ਼ ਹੈ। ਮੈਂ ਜਿਹੜੀ ਗੱਲ ਐਡ ਕੀਤੀ ਸੀ ਵੀ ਤੋਕੜ ਗੱਭਣ ਮੱਝਾਂ ਬਾਈ ਕੋਲ ਕਿਸ ਲੈਵਲ ਦੀਆਂ ਹੁੰਦੀਆਂ ਜਿੱਥੋਂ ਇਹ ਮੱਝ ਆਈ ਹੈ, ਉਹ ਤਾਂ ਕਰਤੀ ਸੀ ਵੀ ਤੁਹਾਡੇ ਧਿਆਨ 'ਚ ਆ ਜੇ ਕਿੱਦਾਂ ਦੇ ਪਸ਼ੂ ਉਸ ਵੀਰ ਕੋਲ ਹੁੰਦੇ ਜਿੱਥੋਂ ਇਹ ਬਾਈ ਖਰੀਦ ਕੇ ਲਿਆਇਆ। ਬਿਲਕੁਲ ਕੁੰਡੇ ਸਿੰਘਾਂ ਦੀ ਹੈ, ਕੱਦ ਦਾ ਅੰਦਾਜ਼ਾ ਤੁਸੀਂ ਖੁਰਲੀ ਤੋਂ ਵੀ ਲਾ ਸਕਦੇ ਹੋ ਦੋਸਤੋ, ਖੁਰਲੀ ਜਿਹੜੀ ਹੈ ਉਹਦੇ ਨਾਲੋਂ ਕਿੰਨੀ ਕੁੱਚੀ ਮੱਝ ਆ, ਬਾਕੀ ਬਾਈ ਨੇੜੇ ਖੜ ਜੂਗਾ ਤਾਂ ਵੀ ਤੁਹਾਨੂੰ ਲੱਗ ਜੂਗਾ ਅੰਦਾਜ਼ਾ, ਚੰਗੇ ਕੱਦ ਕਾਠ 'ਚ ਹੈ, ਚੰਗੀ ਵੇਲ ਹੈ। ਤੋਰਿਓ ਬਾਈ ਖੋਲੋ, 1,45,000 ਰੇਟ ਹੈ, ਹਜੇ 10 ਦਿਨਾਂ ਦੀ ਕੱਚੀ ਹੈ। ਜੇ ਕੋਈ ਵੀਰ ਇਸੇ ਤਰ੍ਹਾਂ ਪਸੰਦ ਕਰਦਾ ਤਾਂ ਤੁਸੀਂ ਸੰਪਰਕ ਬਾਈ ਨਾਲ ਕਰ ਸਕਦੇ ਹੋ, ਨੰਬਰ ਮੈਂ ਸਕਰੀਨ 'ਤੇ ਚਲਾ ਦੇਣਾ। ਸੀਲ ਸ਼ਰੀਫ ਮੱਝ ਹੈ, ਬਹੁਤ ਵੱਡੇ ਇਹ ਢਾਂਚੇ ਦੇ ਵਿੱਚ ਹੈ, ਪਿੱਠਪੁੜਾ ਫੁੱਲ ਖੁੱਲ੍ਹਾ ਹੈ। ਹਵਾਨੇ ਦੀ ਜੇ ਗੱਲ ਕਰਦੇ ਹਾਂ ਦੋਸਤੋ, ਤਾਂ ਇਸ ਟਾਈਮ ਜਿੰਨਾ ਦਿਸਦਾ ਉਹ ਤੁਸੀਂ ਵੀਡੀਓ 'ਚੋਂ ਦੇਖ ਲਓ, ਪਰ ਹਜੇ 10 ਦਿਨਾਂ ਦੀ ਕੱਚੀ, ਹਜੇ ਇਹ ਮੰਨ ਲਓ ਵੀ ਇਹ ਲਾਹੇ ਪਈ ਹੈ, ਹਜੇ ਇਹਨੇ ਦੁੱਧ ਜਿਹੜਾ ਉਹ ਲਾਉਣਾ ਹਵਾਨੇ ਦੇ ਵਿੱਚ, ਪਰ ਹੁਣ ਵੀ ਹਵਾਨਾ ਸੋਹਣਾ। ਮੋੜ ਲਾ ਬਾਈ, ਬਰੀਕ ਚਮੜੀ ਦੀ ਹੈ ਦੋਸਤੋ, ਬਾਕੀ ਦੁੱਧ ਵਾਲੀ ਮੱਝ ਹੈ, ਜਿਹਨੂੰ ਪਸੰਦ ਆਵੇ ਅਤੇ ਸੁਭਾਅ ਜਿਹੜਾ ਇਹਦਾ ਵੱਖਰਾ ਕੋਣਾ, ਕਿਉਂਕਿ ਮੱਝਾਂ ਲੰਬਾ ਟਾਈਮ ਦੁੱਧ ਘੱਟ ਦਿੰਦੀਆਂ। ਬੰਨ ਲਈ ਵੀਰੇ ਇੱਥੇ ਅੰਦਰ ਹੀ ਘੱਟ ਮਿਲਦੀਆਂ ਸੀਲ ਸ਼ਰੀਫ ਮੱਝਾਂ, ਜਿਹਨੂੰ ਪਸੰਦ ਆਵੇ ਦੋਸਤੋ ਤਾਂ ਤੁਸੀਂ ਸੰਪਰਕ ਬਾਈ ਨਾਲ ਕਰ ਲਓ ਜੇ, ਨੰਬਰ ਸਕਰੀਨ 'ਤੇ ਚੱਲੀ ਜਾਂਦਾ ਜਿਹੜੇ 'ਤੇ ਤੁਸੀਂ ਕਾਲ ਕਰਨੀ ਹੈ।
नग एक ही अज वीडियो च दिखाऊंगा। बाकी एक ये भी है भी चंगा सीमन वह वीर भरा पशुआ के उस वीडियो च सट्रा भी दिखाई सी मिल जूगा केड़ा 75-75 दा कहंदे सी 75-75 हां जी ठीक है सट्रा भी मेरे ख्याल दित्ता सीगा पर साडे ते गुम हो गया ते ओह कहंदे मैं कल उदन पुछ के भी आया सी भाई ओह कहंदे दे देंगे लिखया हुआ साडा ठीक है ओके। सो दसो वीर कोल जिहड़ा डिटेल हुंदी है जिहड़े पशुआ दी एआई हुंदी है ਉਹ ਕਿੱਦਾਂ ਦਾ ਸੀਮਨ ਵਰਤਿਆ ਜਾਂਦਾ। ਸੋ ਅੱਜ ਦੀ ਵੀਡੀਓ 'ਚ ਨਾਗ ਇਹੀ ਸੀ ਦੋਸਤੋ ਵਿਕਰੀ ਵਾਲਾ ਸ਼ੀਲ ਸ਼ਰੀਫ ਜੀ ਮੱਝ ਆ ਉਹ ਤੁਸੀਂ ਵੀਡੀਓ ਬਣਦੀ ਤੋਂ ਵੀ ਦੇਖ ਲਿਆ ਵੀ ਇਹਨੇ ਜਿਹੜਾ ਗਾਲਾ ਨਹੀਂ ਛੱਡਿਆ ਜਗਾਲੀ ਆਪਦੀ ਇਹ ਕਰੀ ਜਾਂਦੀ ਹੈ ਕਰਮਾਂ ਵਾਲੀ। ਸੋ ਅੱਜ ਦੀ ਵੀਡੀਓ 'ਚ ਨਾਗ ਇੱਕ ਹੀ ਵਿਕਰੀ ਵਾਲਾ ਸੀ। ਧੰਨਵਾਦ ਵੀਡੀਓ ਦੇਖਣ ਲਈ।